ਕੈਪੀਟਲ ਸਾਹਿਬ ਕਿਵੇਂ ਦੇਖਦੇ ਹੋ ਚੋਣਾਂ ਦੇ ਵਿੱਚ ਵੋਟਰਾਂ ਨੂੰ ਲੁਭਾਉਣਾ ਤੇ ਲਾਲਚ ਦੇਣਾ ਤੇ ਵੋਟਾਂ ਮੰਗਣੀਆਂ? ਦੇਖੋ, ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਬਣਾਈਆਂ ਹੋਈਆਂ ਨੇ, ਕੁਝ ਨਿਯਮ ਨੇ ਕਿ ਤੁਸੀਂ ਇਹਦੇ ਤਹਿਤ ਰਹਿ ਕੇ ਹੀ ਜਿਹੜੀ ਹੈ ਇਹ ਚੋਣ ਮੁਹਿੰਮ ਚਲਾਉਣੀ ਹੈ। ਵੀਡੀਓ ਸਾਹਮਣੇ ਆਇਆ ਜਿਹਦੇ ਵਿੱਚ ਮਨਪ੍ਰੀਤ ਬਾਦਲ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਰੇਲਵੇ ਦੇ ਵਿੱਚ ਬੜਾ ਆਪਣਾ ਅੱਜ ਕੱਲ੍ਹ ਬੋਲਬਾਲ ਹੈ, PRTC ਦੇ ਵਿੱਚ ਜਿਹੜਾ MD ਆ ਉਹ ਮੇਰਾ ਕੋਲ ਮਤਹਿਤ ਰਿਹਾਗਾ, ਤੁਸੀਂ ਉੱਥੇ ਨੌਕਰੀਆਂ ਲੈ ਸਕਦੇ ਹੋ, ਰੇਲਵੇ 'ਚ ਲੈ ਸਕਦੇ ਹੋ, ਹੋਰ ਥਾਵਾਂ 'ਤੇ ਲੈ ਸਕਦੇ ਹੋ। ਇਹ ਚੀਜ਼ਾਂ ਇਸ ਤਰ੍ਹਾਂ ਦੇ ਲੋਕ ਲੁਭਾਊ ਜਿਹੜੇ ਨਾਅਰੇ ਹੈ ਉਹ ਚੋਣ ਜ਼ਾਬਤੇ ਦੀ ਉਲੰਘਣਾ ਕਹਿੰਦੇ ਆ। ਇਹ ਹੈ ਤਾਂ ਚੋਣ ਕਮਿਸ਼ਨ ਇੱਕ ਨਾਂ ਦਾ ਕਮਿਸ਼ਨ ਹੈ, ਕਰਦਾ ਕੁਰਦਾ ਕੁਛ ਨਹੀਂ ਹੈਗਾ। ਕਈ ਵਾਰੀ ਇੱਥੇ ਕੀਤੀਆਂ ਹੋਈਆਂ ਸ਼ਿਕਾਇਤਾਂ 5 ਸਾਲ ਵੀ ਟੱਪ ਜਾਂਦੇ ਆ, ਅਗਲੀ ਟਰਮ ਆ ਜਾਂਦੀ ਹੈ, ਇਹਨਾਂ ਦੇ ਫੈਸਲੇ ਅਜੇ ਰਹਿੰਦੇ ਆ। ਜਦੋਂ ਇਹ ਬੋਲਦੇ ਆ ਫਿਰ ਬਿਨਾਂ ਬ੍ਰੇਕਾਂ ਬੋਲਦੇ ਆ, ਦੱਬੀ ਜਾਂਦੇ ਆ। ਹੁਣ ਚੋਣ ਕਮਿਸ਼ਨ ਨੇ ਕਹਿਤਾ ਮਨਪ੍ਰੀਤ ਸਿੰਘ ਬਾਦਲ ਨੂੰ ਕਿ ਤੁਸੀਂ ਸ਼੍ਰੀਮਾਨ ਜੀ, ਹਾਲਾਂਕਿ ਅਗਲੇ ਦਿਨ ਹੀ ਉਹਨੇ ਇਸ ਗੱਲ ਨੂੰ ਰੱਦ ਕਰਤਾ ਸੀ ਕਿ ਇਹ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਕੋਲ ਵੀ ਉਹ ਜਿਹੜਾ ਅਖਤਿਆਰੀ ਫੰਡ ਆਉਂਦਾ ਹੈ, ਸ਼ਾਇਦ 5 ਕਰੋੜ ਦੀ ਰਾਸ਼ੀ ਆ, ਉਹ ਆਪਣੇ ਕੋਟੇ 'ਚੋਂ ਦੇ ਸਕਦੇ। ਸਿਆਸੀ ਪਾਰਟੀਆਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਬਾਰੇ ਕਦੇ ਕਦੇ ਇਹ ਲੱਗ ਜਾਂਦੀ ਆ ਰੈਲੀ ਫਲਾਣੇ ਦੀ, ਲੰਗਰ ਗੁਰੂ ਘਰਾਂ ਦਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਆ ਬਲਵਿੰਦਰ ਸਿੰਘ, ਜਿੱਥੇ ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ, ਉੱਥੇ ਹੀ ਵੱਡੇ ਵੱਡੇ ਲੀਡਰਾਂ ਵੱਲੋਂ ਆਪਣੇ ਵੋਟਰਾਂ ਨੂੰ ਲੁਭਾਇਆ ਜਾ ਰਿਹਾ। ਕੋਈ ਕਹਿੰਦਾ ਤੁਹਾਨੂੰ ਨੌਕਰੀ ਦੇ ਦਾਂਗੇ ਅਤੇ ਕੋਈ ਕਹਿੰਦਾ ਤੁਹਾਨੂੰ ਪੈਸੇ ਦੇ ਦਾਂਗੇ। ਅਤੇ ਹੁਣ ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਅਤੇ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜੀ ਦੇ ਖਿਲਾਫ ਨੋਟਿਸ ਲਿਆ ਅਤੇ ਉਹਨਾਂ ਦੇ ਵਿੱਚੋਂ 24 ਘੰਟੇ ਦੇ ਅੰਦਰ ਜਵਾਬ ਮੰਗਿਆ। ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ, ਉਹਨਾਂ ਗੱਲਬਾਤ ਕਰਾਂ। ਢਿੱਲੋਂ ਸਾਹਿਬ, ਕਿਵੇਂ ਦੇਖਦੇ ਹੋ ਚੋਣਾਂ ਦੇ ਵਿੱਚ ਵੋਟਰਾਂ ਨੂੰ ਲੁਭਾਉਣਾ ਅਤੇ ਲਾਲਚ ਦੇਣਾ ਅਤੇ ਵੋਟਾਂ ਮੰਗਣੀਆਂ ਜੀ? ਦੇਖੋ, ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਬਣਾਈਆਂ ਹੋਈਆਂ ਨੇ, ਕੁਝ ਨਿਯਮ ਨੇ ਕਿ ਤੁਸੀਂ ਇਹਦੇ ਤਹਿਤ ਰਹਿ ਕੇ ਹੀ ਜਿਹੜੀ ਹੈ ਇਹ ਚੋਣ ਮੁਹਿੰਮ ਚਲਾਉਣੀ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਜਿਹਦੇ ਵਿੱਚ ਮਨਪ੍ਰੀਤ ਬਾਦਲ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਰੇਲਵੇ ਦੇ ਵਿੱਚ ਬੜਾ ਆਪਣਾ ਅੱਜ ਕੱਲ੍ਹ ਬੋਲਬਾਲ ਹੈ, PRTC ਦੇ ਵਿੱਚ ਜਿਹੜਾ MD ਆ ਉਹ ਮੇਰਾ ਕੋਲ ਮਤਹਿਤ ਰਿਹਾਗਾ, ਤੁਸੀਂ ਉੱਥੇ ਨੌਕਰੀਆਂ ਲੈ ਸਕਦੇ ਹੋ, ਰੇਲਵੇ 'ਚ ਲੈ ਸਕਦੇ ਹੋ, ਹੋਰ ਥਾਵਾਂ 'ਤੇ ਲੈ ਸਕਦੇ ਹੋ। ਇਹ ਚੀਜ਼ਾਂ ਇਸ ਤਰ੍ਹਾਂ ਦੇ ਲੋਕ ਲੁਭਾਊ ਜਿਹੜੇ ਨਾਅਰੇ ਹੈ ਉਹ ਚੋਣ ਜ਼ਾਬਤੇ ਦੀ ਉਲੰਘਣਾ ਕਹਿੰਦੇ ਆ। ਇਹ ਹੈ ਤਾਂ ਚੋਣ ਕਮਿਸ਼ਨ ਇੱਕ ਨਾਂ ਦਾ ਕਮਿਸ਼ਨ ਹੈ, ਕਰਦਾ ਕੁਰਦਾ ਕੁਛ ਨਹੀਂ ਹੈਗਾ। ਕਈ ਵਾਰੀ ਇੱਥੇ ਕੀਤੀਆਂ ਹੋਈਆਂ ਸ਼ਿਕਾਇਤਾਂ 5 ਸਾਲ ਵੀ ਟੱਪ ਜਾਂਦੇ ਆ, ਅਗਲੀ ਟਰਮ ਆ ਜਾਂਦੀ ਹੈ, ਇਹਨਾਂ ਦੇ ਫੈਸਲੇ ਅਜੇ ਰਹਿੰਦੇ ਹੈ। ਪਰ ਫਿਰ ਵੀ ਜਿਹੜਾ ਜ਼ਾਬਤਾ ਬਣਿਆ ਹੋਇਆ ਉਹ ਜ਼ਾਬਤਾ ਤਾਂ ਮੰਨਣਾ ਚਾਹੀਦਾ, ਸਾਰਿਆਂ ਨੂੰ ਮੰਨਣਾ ਚਾਹੀਦਾ ਜਿਹੜਾ ਕਿ ਇਹ ਮੰਨਦੇ ਨਹੀਂ। ਔਰ ਜਦੋਂ ਇਹ ਬੋਲਦੇ ਆ ਫਿਰ ਬਿਨਾਂ ਬ੍ਰੇਕਾਂ ਬੋਲਦੇ ਆ, ਦੱਬੀ ਜਾਂਦੇ ਆ। ਹੁਣ ਚੋਣ ਕਮਿਸ਼ਨ ਨੇ ਕਹਿਤਾ ਮਨਪ੍ਰੀਤ ਸਿੰਘ ਬਾਦਲ ਨੂੰ ਕਿ ਤੁਸੀਂ ਸ਼੍ਰੀਮਾਨ ਜੀ, ਹਾਲਾਂਕਿ ਅਗਲੇ ਦਿਨ ਹੀ ਉਹਨੇ ਇਸ ਗੱਲ ਨੂੰ ਰੱਦ ਕਰਤਾ ਸੀ ਕਿ ਇਹ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਹਾਂ, ਮੈਂ ਲੋਕਾਂ ਨੂੰ ਅਕਸਰ ਕਹਿੰਦਾ ਰਹਿੰਦਾ ਹੈਗਾ ਕਿ ਤੁਹਾਨੂੰ ਇਹ ਚੀਜ਼ਾਂ ਦਵਾਈਆਂ ਜਾਣਗੀਆਂ, ਪਰ ਜਦੋਂ ਚੋਣ ਜ਼ਾਬਤਾ ਲੱਗਿਆ ਹੋਵੇ ਉਦੋਂ ਚੋਣ ਜ਼ਾਬਤੇ ਦੀ ਉਲੰਘਣਾ ਬਣ ਜਾਂਦੀ ਹੈ, ਸੋਚ ਸਮਝ ਕੇ ਬੋਲਣਾ ਚਾਹੀਦਾ। ਇੱਕ ਤਾਂ ਗੱਲ ਇਹ ਹੈ। ਦੂਜਾ, ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾਵੜਿੰਗ ਉਹ ਵੀ ਆਪਣੀ ਧਰਮ ਪਤਨੀ ਵਾਸਤੇ ਕਦੇ ਵੋਟਾਂ ਮੰਗਦੇ ਮੰਗਦੇ ਇੱਕ ਮਸਜਿਦ 'ਚ ਚਲੇ ਗਏ। ਉੱਥੇ ਉਹਨਾਂ ਨੇ ਵੀ ਕਹਿਤਾ ਕਿ 50,000 ਦੇ ਚੈੱਕ ਦੇਵਾਂਗਾ। ਦੇਖੋ, ਉਹ ਮੈਂਬਰ ਪਾਰਲੀਮੈਂਟ ਨੇ। ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਕੋਲ ਵੀ ਉਹ ਜਿਹੜਾ ਅਖਤਿਆਰੀ ਫੰਡ ਆਉਂਦਾ ਹੈ, ਸ਼ਾਇਦ 5 ਕਰੋੜ ਦੀ ਰਾਸ਼ੀ ਆ, ਉਹ ਆਪਣੇ ਕੋਟੇ 'ਚੋਂ ਦੇ ਸਕਦੇ ਨੇ। ਰਾਜ ਸਭਾ ਦਾ ਮੈਂਬਰ ਉਹ ਹੁੰਦਾ ਜਿਹਨੂੰ ਕੋਈ ਕਿਸੇ ਕਿਸਮ ਦੀ ਬੰਦਿਸ਼ ਨਹੀਂ ਹੁੰਦੀ, ਉਹ ਪੰਜਾਬ 'ਚ ਜਾ ਕੇ ਕਿਤੇ ਵੀ ਇਹ ਜਿਹੜੀ ਰਾਸ਼ੀ ਆ ਐਲਾਨ ਕਰ ਸਕਦੇ ਆ। ਉਹਦੀ ਸ਼ਿਕਾਇਤ ਦੂਜਿਆਂ ਨੇ ਕਰਤੀ। ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਵੋਟਾਂ ਦੀ ਮੰਗ ਕਰਨਾ, ਇਹ ਵੀ ਚੋਣ ਜ਼ਾਬਤੇ ਦੀ ਉਲੰਘਣਾ ਹੈ। ਅਦਰਵਾਈਜ਼ ਤਾਂ ਇੱਥੇ ਸਿਆਸੀ ਪਾਰਟੀਆਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਬਾਰੇ ਕਦੇ ਕਦੇ ਇਹ ਲੱਗ ਜਾਂਦੀ ਆ ਰੈਲੀ ਫਲਾਣੇ ਦੀ, ਲੰਗਰ ਗੁਰੂ ਘਰਾਂ ਦਾ। ਸੋ ਰਾਜਾਵੜਿੰਗ ਨੂੰ ਵੀ, ਰਾਜਾਵੜਿੰਗ ਤਾਂ ਖੈਰ ਨਹੀਂ, ਉਹਨਾਂ ਦੀ ਧਰਮ ਪਤਨੀ ਬੀਬੀ ਅਮ੍ਰਿਤਾਵੜਿੰਗ ਨੂੰ ਇਸ ਨੋਟਿਸ ਦਾ ਟਾਈਮ ਦੇਤਾ ਉਹਨਾਂ ਨੇ ਵੀ 24 ਘੰਟੇ 'ਚ, ਅਤੇ ਮਨਪ੍ਰੀਤ ਬਾਦਲ ਨੂੰ, ਦੋਹਾਂ ਨੂੰ 24 ਘੰਟੇ ਦੇ ਵਿੱਚ ਇਹਦਾ ਜਵਾਬ
देना हैगा तो वह जवाब की लिखते हैं ये देखना होगा जी। सो हुण वेखना होगा कि इस नोटिस तो बाद अजिही गलती ना की जाए किसी भी उम्मीदवार के वलों, तो जो नोटिस भेजा गया तो की जवाब देंगे ने यह तो हुण वाला समा दसेगा। निडर हाँ, निरपक्ष रहांगे, आजाद हाँ, सच कहांगे, गल करांगे सियासी हवा दी, हुकमरानां नूं होणगे सीधे सवाल, सब तो पहला पहुंचावांगे तुहाडे तक सिर्फ सच्ची खबर, हर मसले ते रहेगी तिखी नजर, दसांगे कौन कर रहा है किहदे ते जबर, विदेशां दे विच बैठे पंजाबियां दे हक दी करांगे गल, कैनेडा अमेरिका दी हर सियासी खबर लैके आवांगे तुहाडे वल, उभरांगे पंजाब दी आवाज बनके, हर मुद्दे ते होणगे रोज चर्चे, खोलांगे अंदरूनी राज, बणांगे बुलंद आवाज, खेड सिक्ख्या खेती दी बात पावांगे, हर पिंड हर शहर जावांगे, गायकां ते अदाकारां नाल करवावांगे मुलाकात, ते कलाकारां दी जिंदगी ते मारांगे झात, अब धर्म धरोहर संस्कृति और सेहत की होगी बात, अब D5 चैनल हिंदी भी होगा साथ, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल।